ਵਾਹਿਗੁਰੂ ਜੀ, ਇੱਕ ਬਖਸ਼ਿਸ਼ ਸ਼ੇਅਰ ਕਰਨੀ ਸੀ ਅਤੇ ਨਾਲ ਅਰਦਾਸ ਵੀ ਕਰਵਾਉਣੀ ਸੀ। ਵਾਹਿਗੁਰੂ ਜੀ, ਕੱਲ੍ਹ ਮੈਂ ਬਖਸ਼ਿਸ਼ਾਂ ਦੀ ਸਟੋਰੀ ਸੁਣ ਰਹੀ ਸੀ, ਆਪਣੇ ਟੈਲੀਗ੍ਰਾਮ 'ਤੇ ਹੀ ਸੁਣ ਰਹੀ ਸੀ ਕੱਲ੍ਹ, ਵੀ ਜਿੱਦਾਂ ਉੱਥੇ ਭੈਣ ਜੀ ਨੇ ਬੜੀ ਬਲਕਿ ਭਿੱਜ ਕੇ ਅਰਦਾਸ ਕਰੀ, ਅਤੇ ਵੀ ਗੁਰੂ ਸਾਹਿਬ ਉਹਨਾਂ ਦੇ, ਫਿਰ ਬਾਅਦ 'ਚੋਂ ਉਹਨਾਂ ਦੇ ਨਾਲ ਮਤਲਬ ਕਿ ਉਹਨਾਂ ਨੇ ਦਿਖਾਇਆ ਆਪਣੇ ਆਪ ਨੂੰ ਇੱਦਾਂ ਹੀ। ਉਹ ਸੁਣ ਕੇ ਨਾ, ਬਖਸ਼ਿਸ਼ ਦੀ ਸਟੋਰੀ ਸੁਣ ਕੇ ਮੇਰੇ ਮਨ 'ਚ ਵੀ ਹੋਇਆ ਵੀ ਮੈਂ ਵੀ ਮਤਲਬ ਕਿ ਗੁਰੂ ਸਾਹਿਬ ਨੂੰ ਬੜੀ ਭਿੱਜ ਕੇ ਅਰਦਾਸ ਕਰਾਂ, ਵੀ ਗੁਰੂ ਸਾਹਿਬ ਵੀ ਮਤਲਬ ਕਿ ਵੀ ਮੇਰੀ ਸੁਰਤੀ ਕਿਉਂ ਨਹੀਂ ਲੱਗਦੀ ਹੈਗੀ, ਵੀ ਤੁਸੀਂ ਮੇਰੀ ਵੀ ਸੁਰਤੀ ਲਗਵਾਓ। ਤਾਂ ਅੱਜ ਵਾਹਿਗੁਰੂ ਜੀ ਇੱਦਾਂ ਹੋਇਆ ਕਿ ਅੱਜ ਜਦੋਂ ਸਵੇਰੇ ਮੈਨੂੰ ਨਾ ਮਤਲਬ ਕਿ ਘਰੇ ਕੋਈ ਟੈਨਸ਼ਨ ਚੱਲ ਰਹੀ ਹੈ ਅਤੇ ਮੇਰਾ ਮਨ ਜਾ ਲੱਗ ਨਹੀਂ ਸੀ ਗਿਆ ਸਵੇਰੇ ਸਿੰਘਾਂ ਦੇ ਵਿੱਚ, ਪਰ ਆਪ ਹੀ ਮਤਲਬ ਕਿ ਜਦੋਂ ਮੈਂ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਹਟੀ, ਤਾਂ ਉਸ ਤੋਂ ਬਾਅਦ ਹੀ ਕੱਲ੍ਹ ਰਾਤ ਦੀ ਗੱਲ ਹੈ ਕਿ ਮਤਲਬ ਕਿ ਇੰਨਾ ਵੈਰਾਗ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਹੀ ਮਤਲਬ ਕਿ ਮੈਂ ਕੰਮ ਵੀ ਕਰ ਰਹੀ ਹਾਂ, ਬੱਚਿਆਂ ਨੂੰ ਵੀ ਵੇਖ ਰਹੀ ਹਾਂ, ਉਸੇ ਵਕਤ ਮਤਲਬ ਕਿ ਮੈਨੂੰ ਮਤਲਬ ਵਾਹਿਗੁਰੂ ਕਹਿੰਦੀ ਸੀ, ਮੈਂ ਰੋਣ ਨੂੰ ਆ ਰਹੀ ਸੀ, ਬੜਾ ਵੈਰਾਗ ਆ ਰਿਹਾ ਸੀ ਉਸ ਵਕਤ, ਪਰ ਜਿੱਦਾਂ ਦੱਸਿਆ ਘਰੇ ਕਿ ਟੈਨਸ਼ਨ ਚੱਲਦੀ ਹੈ, ਅਤੇ ਸਵੇਰੇ ਸਵੇਰੇ ਮੇਰਾ ਧਿਆਨ ਨਹੀਂ ਸੀ ਲੱਗ ਰਿਹਾ। ਫਿਰ ਬਾਅਦ 'ਚੋਂ ਮਨ ਨੂੰ ਸਮਝਾਉਣਾ ਪਿਆ ਵੀ ਮਨਾ ਨਹੀਂ, ਵੀ ਲਗਾ ਤੂੰ ਮਨ ਨੂੰ, ਮਨ ਨੂੰ ਜੋੜ ਅਤੇ ਵਾਹਿਗੁਰੂ ਨੂੰ ਨਾਮ ਜਪ ਸੁਣ। ਅਤੇ ਵਾਹਿਗੁਰੂ ਜੀ ਜਦੋਂ ਨਾਮ ਜਪਣਾ ਮਤਲਬ ਕਿ ਸੁਣਿਆ, ਤਾਂ ਮੈਂ ਕੱਲ੍ਹ ਹੀ ਬੜੀ ਭਿੱਜ ਕੇ ਅਰਦਾਸ ਕੀਤੀ ਸੀ, ਅਤੇ ਅੱਜ ਮੈਨੂੰ ਨਹੀਂ ਪਤਾ ਇਹਨੂੰ ਸੁਰਤੀ ਕਹਿੰਦੇ, ਮੈਨੂੰ ਦੱਸਿਓ ਜੇ ਇੱਦਾਂ ਹੁੰਦਾ ਹੈ, ਮੈਨੂੰ ਨਹੀਂ ਪਤਾ ਕਿ ਮੈਂ ਵੈਸੇ ਹੀ ਭਰਮ ਮੇਰਾ। ਪਰ ਵਾਹਿਗੁਰੂ ਜੀ ਇੱਦਾਂ ਹੋਇਆ ਕਿ ਵਾਹਿਗੁਰੂ ਕਰ ਰਹੀ ਸੀ ਅਤੇ ਮੇਰਾ ਸਰੀਰ ਸਾਰਾ ਪਿੱਛੇ ਡਿੱਗਣ ਲੱਗ ਪਿਆ, ਅਤੇ ਮਤਲਬ ਕਿ ਮੈਨੂੰ ਪਤਾ ਲੱਗ ਰਿਹਾ ਸੀ ਕਿ ਪਿੱਛੇ ਜਾ ਰਿਹਾ, ਪਰ ਮੇਰਾ ਮਤਲਬ ਕਿ ਉਹਦੇ ਬਸ ਨਹੀਂ ਸੀ ਚੱਲ ਰਿਹਾ ਕੋਈ, ਅਤੇ ਬਾਅਦ 'ਚੋਂ ਮਤਲਬ ਕਿ ਆਪ ਹੀ ਪਿੱਛੇ ਡਿੱਗ ਗਿਆ, ਮਤਲਬ ਕਿ ਜਿਵੇਂ ਮਤਲਬ ਕਿ ਕੋਈ ਆਪ ਹੀ ਮਤਲਬ ਕਿ ਲਟਾ ਰਿਹਾ ਹੁੰਦਾ, ਅਤੇ ਮੈਨੂੰ ਖਬਰ ਵੀ ਸੀ ਕਿ ਮੇਰਾ ਇੱਦਾਂ ਹੋ ਰਿਹਾ, ਮਤਲਬ ਕਿ ਇਹ ਨਹੀਂ ਸੀ ਕਿ ਪੂਰੀ ਮਤਲਬ ਕਿ ਮੈਂ ਸੁਰਤੀ ਇੱਧਰੋਂ ਜਾ ਚੁੱਕੀ ਹੈ। ਅਤੇ ਬਾਅਦ 'ਚੋਂ ਆਪ ਹੀ ਵੈਸੇ ਮੈਂ ਆਪਣੇ ਆਪ ਨੂੰ ਫਿਰ ਬਾਅਦ 'ਚੋਂ ਥੋੜ੍ਹੀ ਦੇਰ ਬਾਅਦ ਉਠਾਇਆ, ਅਤੇ ਮੇਰਾ ਜਦੋਂ ਘੰਟੇ ਤੋਂ ਬਾਅਦ ਮਤਲਬ ਕਿ ਸਿਮਰਨ 'ਚ ਅਲਾਰਮ ਵੱਜਿਆ, ਤਾਂ ਅਤੇ ਉਸ ਤੋਂ ਬਾਅਦ ਮਤਲਬ ਕਿ ਮੇਰਾ ਮਨ ਨਹੀਂ ਸੁਤਾ ਰਿਹਾ, ਪਰ ਫਿਰ ਵੀ ਮਤਲਬ ਕਿ ਰਾਤ ਬਹੁਤ ਲੇਟ ਸੁੱਤੀ ਸੀ, ਤਾਂ ਫਿਰ ਮੈਂ ਕਿਹਾ ਵੀ ਚੱਲ ਹੁਣ ਥੋੜ੍ਹੀ ਜਿਹੀ ਆਰਾਮ ਕਰ ਲਾ। ਅਤੇ ਵਾਹਿਗੁਰੂ ਜੀ ਆਹ ਮੈਂ ਬਖਸ਼ਿਸ਼ ਦੱਸਣੀ ਸੀ, ਮੈਨੂੰ ਦੱਸਿਆ ਵੀ ਜੇ ਇਹ ਸੁਸਤੀ ਦੇ ਨਿਸ਼ਾਨੀ ਹੈ, ਜਾਂ ਮੈਂ ਤਾਂ ਇਹ ਸਮਝ ਰਹੀ ਹਾਂ ਕਿ ਗੁਰੂ ਸਾਹਿਬ ਪਹਿਲੀ ਵਾਰ ਹੋਇਆ ਮੇਰੇ ਨਾਲ ਇੱਦਾਂ, ਵੀ ਕੱਲ੍ਹ ਭਿੱਜ ਕੇ ਅਰਦਾਸ ਕਰੀ ਸੀ, ਗੁਰੂ ਸਾਹਿਬ ਆਉਂਦੇ ਆ, ਸੁਣਦੇ ਆ, ਉਹ ਹਾਜ਼ਰ ਨਾਜ਼ਰ ਹੈ, ਮੈਨੂੰ ਇਹ ਦੱਸਿਆ ਵੀ ਇਹੀ ਹੁੰਦਾ। ਵਾਹਿਗੁਰੂ ਹਾਂਜੀ, ਜਿਵੇਂ ਗੁਰੂ ਸਾਹਿਬ ਜੀ ਨੇ ਹੀ ਬਖਸ਼ਿਸ਼ ਕੀਤੀ ਹੈ, ਵਾਹਿਗੁਰੂ ਬਖਸ਼ਿਸ਼ ਹੀ ਹੈ। ਸੁਰਤੀ ਦੇ ਵਿੱਚ ਇਵੇਂ ਹੀ ਹੁੰਦਾ ਵਾਹਿਗੁਰੂ, ਸਰੀਰ ਡੈਡ ਹੋਣਾ ਸ਼ੁਰੂ ਹੁੰਦਾ ਆ ਔਰ ਪਿੱਛੇ ਨੂੰ ਜਾਣਾ ਸ਼ੁਰੂ ਹੋ ਜਾਂਦਾ ਆ। ਸੋ ਭਰਮ ਨਹੀਂ ਕਰਨਾ ਕਿਸੇ ਵੀ ਪ੍ਰਕਾਰ ਦਾ ਕਿ ਹੋਇਆ ਕਿ ਨਹੀਂ, ਬਖਸ਼ਿਸ਼ ਹੀ ਹੈ ਵਾਹਿਗੁਰੂ। ਜਿਵੇਂ ਗੁਰੂ ਸਾਹਿਬ ਜੀ ਇਹ ਤਾਂ ਕਹਿੰਦੇ ਨੇ ਕਿ ਸਰੀਰਕ ਪੱਖ ਤੋਂ ਇੱਕਦਮ ਬੰਦਾ ਡੈਡ ਹੋ ਜਾਂਦਾ ਆ, ਇਹ ਮਨ ਮੇਰੇ ਭਰਮ ਨਾ ਕੀਜੇ, ਜੋ ਗੁਰੂ ਸਾਹਿਬ ਜੀ ਤੁਹਾਨੂੰ ਸਿਖਾ ਰਹੇ ਆ, ਬਖਸ਼ਿਸ਼ਾਂ ਦੇ ਰਹੇ ਆ, ਉਸ 'ਤੇ ਭਰਮ ਨਹੀਂ ਕਰਨਾ ਬਿਲਕੁਲ ਵੀ। ਅਤੇ ਇਸੇ ਤਰੀਕੇ ਦੇ ਨਾਲ ਹਮੇਸ਼ਾ ਭਿੱਜ ਕੇ ਅਰਦਾਸ ਕਰਦੇ ਆ ਨਾ ਜਦੋਂ ਵੀ, ਅਤੇ ਗੁਰਪਾਤਸ਼ਾਹ ਜੀ ਜ਼ਰੂਰ ਸੁਣਦੇ ਆ, ਮਤਲਬ ਇਸ ਤਰੀਕੇ ਦੇ ਨਾਲ ਕਿ ਸਾਡੇ ਕੰਨਾਂ ਨੇ ਸੁਣ ਲਈ ਆ ਜੋ ਗੁਰੂ ਸਾਹਿਬ ਜੀ ਨੇ, ਗੁਰੂ ਸਾਹਿਬ ਜੀ ਨੂੰ ਅਸੀਂ ਅਰਦਾਸ ਕਰ ਰਹੇ ਹਾਂ ਵੀ ਸਾਡੇ ਕੰਨਾਂ ਨੇ ਉਹ ਅਰਦਾਸ ਸੁਣੀ ਆ, ਕਿੰਨੀ ਕੁ ਸਾਡੀ ਪ੍ਰੈਜੈਂਸ ਸੀਗੀ ਉਹਦੇ ਵਿੱਚ, ਔਰ ਕਿੰਨੀ ਕੁ ਡਿਮਾਂਡ ਆ ਸਾਡੇ ਅੰਦਰ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ। ਜਿਵੇਂ ਆਪਾਂ ਕੋਈ ਵੀ ਚੀਜ਼ ਮੰਗਦੇ ਹਾਂ ਤਾਂ ਮੰਮੀ ਪਾਪਾ ਕੋਲੋਂ ਮੰਗਦੇ, ਆਪਾਂ ਜਿੱਦਦੇ ਹਾਂ ਉਸ ਚੀਜ਼ ਮਗਰ ਵੀ ਸਾਨੂੰ ਇਹ ਚੀਜ਼ ਚਾਹੀਦੀ ਆ, ਤਿਵੇਂ ਅਸੀਂ ਗੁਰਸਾਹਿਬ ਦੇ ਅੱਗੇ ਜਿੱਦਣਾ, ਉਹ ਸਾਡੇ ਪਿਤਾ ਨੇ, ਅਤੇ ਫਿਰ ਆਪਾਂ ਹਰੇਕ ਪ੍ਰਕਾਰ ਦੇ ਨਾਲ ਜੋੜਿਆਂ 'ਚ ਬਹਿ ਕੇ ਬੜੇ ਮਤਲਬ ਵਿਰਾਗਮਈ ਹੋ ਕੇ ਬੜਾ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਨੀ ਹੈ, ਜਿੱਦ ਕਰਨੀ ਹੈ ਗੁਰੂ ਪਾਤਸ਼ਾਹ ਜੀ ਦੇ ਅੱਗੇ,
ਕਿਉਂਕਿ ਇਹ ਜੋ ਜਿੱਦ ਹੈ ਇਹ ਜਾਇਜ਼ ਜਿੱਦ ਆ। ਵੀ ਗੁਰੂ ਸਾਹਿਬ ਜੀ ਤੁਸੀਂ ਚਾਹੀਦੇ ਆ, ਸਿਮਰਨ ਸੁਰਤੀ ਵਿੱਚ ਵਾਧਾ ਕਰੋ ਗੁਰੂ ਪਾਤਸ਼ਾਹ ਜੀ, ਆਪਣੇ ਵਰਗਾ ਜੀਵਨ ਬਖਸ਼ੋ। ਤੇ ਇਹ ਹਰ ਗੁਰਸਿੱਖ ਪਿਆਰੇ ਨੇ ਮੰਗਣਾ ਹੈ ਵਾਹਿਗੁਰੂ, ਤੇ ਜਿੱਦ ਕੇ ਹੀ ਮੰਗਣਾ ਚਾਹੀਦਾ ਗੁਰੂ ਸਾਹਿਬ ਜੀ ਕੋਲੋਂ। ਪਿਆਰ ਆ ਅਸਲ ਦੇ ਵਿੱਚ, ਪਿਆਰ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਰਹਿੰਦੇ ਹਾਂ ਉਹਦੇ ਗੁਰੂ ਪਾਤਸ਼ਾਹ ਜੀ ਦੇ ਨਾਲ ਰਹਿਣਾ ਹੈ, ਪਿਆਰ ਦੀ ਖੇਡ ਹੈ ਸਾਰੀ। ਔਰ ਜਿਵੇਂ ਵਾਹਿਗੁਰੂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਮੁਸੀਬਤਾਂ ਆਉਣ ਜੀਵਨ ਦੇ ਵਿੱਚ, ਕਿਉਂਕਿ ਦੁੱਖ ਸੁੱਖ ਜਿਹੜੇ ਆ ਨਾ ਇਹ ਗੁਰਸਬ ਜੀ ਕਹਿੰਦੇ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਆਉਣੇ ਹੀ ਆ ਤੇ ਇਹਨਾਂ ਵਿੱਚ ਕਦੇ ਡਗਮਗਾਉਣਾ ਨਹੀਂ ਹੈਗਾ, ਭਾਵੇਂ ਕੁਛ ਵੀ ਹੁੰਦਾ ਜਾਏ। ਅਰਦਾਸ, ਚਰਨ ਧੂੜ, ਸੰਗਤ, ਸਿਮਰਨ, ਇਹ ਹਮੇਸ਼ਾ ਗੁਰਸਬ ਜੀ ਦਾ ਮੰਗਣਾ ਆ ਔਰ ਹਮੇਸ਼ਾ ਇਸ 'ਚ ਲੱਗੇ ਰਹਿਣਾ ਹੈ। ਸਿਮਰਨ ਹੀ ਬਿਲਕੁਲ ਘੱਟ ਹੋਣ ਦੇਣਾ। ਕਈ ਵਾਰੀ ਮਨ ਵਿੱਚ ਬਹੁਤ ਕੁਛ ਹੁੰਦਾ ਆ, ਆਪਾਂ ਡਗਮਗਾਉਂਦੇ ਹਾਂ, ਬਾਣੀ ਦੀ ਵਿਚਾਰ ਦੀ ਕਮੀ ਹੁੰਦੀ ਹੈ ਨਾ ਸਾਡੇ ਅੰਦਰ, ਸੋ ਬਾਣੀ ਦੀ ਵਿਚਾਰ ਵੀ ਕਰਨੀ ਹੈ, ਉਹਦੇ ਨਾਲ ਇਸ ਮਾਇਆ ਹਾਵੀ ਨਹੀਂ ਹੁੰਦੀ ਵਾਹਿਗੁਰੂ। ਹਾਂਜੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰ ਤੁਹਾਡਾ, ਤੁਸੀਂ ਤੁਸੀਂ ਮੈਨੂੰ ਸਮਝਾਇਆ। ਵਾਹਿਗੁਰੂ ਜੀ, ਮੈਂ ਨਾ ਇੱਕ ਦਿਨ ਛੁੱਟੀ ਲਾਈ, ਮੈਂ ਹੁਣੇ ਜੁੜੀ ਆ ਜੀ ਸਤਸੰਗ ਨਾਲ, ਆਪਣੀ ਮੀਟਿੰਗ ਨਾਲ। ਮੈਨੂੰ ਪਤਾ ਨਹੀਂ ਸੀ ਜੀ, ਮੈਂ ਜਿਵੇਂ ਦੱਸਿਆ ਨਾ ਵੀ ਐਵੇਂ ਅਰਦਾਸ ਕਰਨੀ ਚਾਹੀਦੀ ਹੈ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਆਪਣਾ ਨਾਮ ਆਪ ਜਪਾਓ ਜੀ, ਸੁਰਤੀ ਲਵਾਓ ਜੀ, ਮਾਇਆ ਤੋਂ ਬਚਾਓ ਜੀ। ਮੈਂ ਐਵੇਂ ਕਰਕੇ ਵਾਹਿਗੁਰੂ ਜੀ ਸੁਰਤੀ ਲਾਉਣ ਬੈਠ ਗਈ ਤੇ ਮੈਥੋਂ ਨਾ ਬੈਠਿਆ ਨਹੀਂ ਜਾਂਦਾ, ਮੈਨੂੰ ਬਹੁਤ ਘਬਰਾਹਟ ਹੁੰਦੀ ਹੈ ਬਾਹਲਾ ਟਾਈਮ। ਮੈਂ ਕਿਹਾ ਵਾਹਿਗੁਰੂ ਜੀ ਮੈਨੂੰ ਘੰਟਾ ਕੁ ਤਾਂ ਬਿਠਾ ਲਓ, ਤੇ ਮੈਂ ਬੈਠ ਗਈ ਵਾਹਿਗੁਰੂ ਜੀ। ਮੈਨੂੰ ਨਾ ਸੁਰਤੀ 'ਚ ਪਹਿਲਾਂ ਤਾਂ ਦੇਖਿਆ ਮੇਰਾ ਅੰਮ੍ਰਿਤ ਨਹੀਂ ਛਕਿਆ ਹੋਇਆ, ਪਹਿਲਾਂ ਮੈਨੂੰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨਾ ਸਿੰਘ ਦਸਤਾਰਾਂ, ਨੀਲੀਆਂ ਦਸਤਾਰਾਂ ਬੰਨੀਆਂ ਹੋਈਆਂ, ਬਹੁਤ ਹੀ ਜ਼ਿਆਦਾ ਗਿਣਤੀ, ਜਿਸ ਤਰ੍ਹਾਂ ਕੋਈ ਫੌਜ ਖੜੀ ਹੁੰਦੀ ਹੈ। ਬਹੁਤ ਹੀ ਦਸਤਾਰਾਂ ਬੰਨੀਆਂ ਹੋਈਆਂ ਵੀਰ ਜੀ, ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ, ਇਹ ਕੀ ਕਹਿਣਾ ਚਾਹੀਦੇ। ਸਮਝ ਤੇ ਆਈ ਵਾਹਿਗੁਰੂ, ਨਾ ਸਮਝਣ ਵਾਲੀ ਕਿਹੜੀ ਗੱਲ ਆ, ਖਾਲਸਾ ਫੌਜ ਪੂਰੀ ਸਿੰਘ ਤੁਸੀਂ ਦੇਖੇ ਆ, ਸਾਰੇ ਸਿੰਘ ਹੀ ਆ ਜੇ ਦੇਖੇ। ਹਾਂਜੀ, ਉਹ ਨਾ ਬਾਅਦ ਚੋਂ ਜਦੋਂ ਮੈਂ ਸੁਣਿਆ ਨਾ ਇਹਨਾਂ ਤੋਂ ਵੀ ਸੁਰਤੀ ਚ ਆਪਣੀ ਬਖਸ਼ ਸਟੋਰੀਆਂ ਚ, ਤੇ ਉਹਦੇ ਕਹਿ ਰਹੇ ਸੀ ਵੀ ਸੱਚਖੰਡ ਚ ਨਾ ਨੀਲੇ ਹੀ ਵਸਤਰ ਹੁੰਦੇ ਨੇ, ਤੇ ਫਿਰ ਮੈਂ ਕਿਹਾ ਹਾਏ ਵਾਹਿਗੁਰੂ ਜੀ, ਤਾਂ ਮੈਨੂੰ ਕਹਿ ਰਹੇ ਨੇ ਵੀ ਜੇ ਤੂੰ ਸੱਚਖੰਡ ਜਾਣਾ ਤੇ ਫੌਜ ਚ ਭਰਤੀ ਹੋ ਜਾ। ਹਾਂ ਤੇ ਹੋ ਜਾਓ ਅੰਮ੍ਰਿਤ ਛਕ ਲਓ, ਮੈਂ ਅੰਮ੍ਰਿਤ ਛਕ ਲੈਣਾ ਜੀ। ਉਹ ਹਸਬੈਂਡ ਨੇ ਦਾਰੂ ਪੀਂਦੇ ਨੇ, ਉਹ ਥੋੜਾ ਜਿਹਾ ਕਰਦੇ ਸੀ, ਕਹਿੰਦੇ ਹੁਣ ਮੰਨ ਗਏ, ਕਹਿੰਦੇ ਚੱਲ ਕੋਈ ਨਾ ਛਕ ਲੈ। ਹਾਂ ਛਕ ਲਓ ਵਾਹਿਗੁਰੂ, ਉਹਨਾਂ ਦੀ ਵੀ ਅਰਦਾਸ ਕਰਿਓ, ਉਹ ਵੀ ਛਕ ਲੈਣਗੇ। ਜੇ ਵਾਹਿਗੁਰੂ ਇਹਨੇ ਇਹ ਕਿਰਪਾ ਕੀਤੀ ਹੈ ਤੇ ਦਾਤ ਦੇਣੀ ਕੀਤੀ, ਤਾਂ ਜਿਹਨੂੰ ਆਪ ਵਾਹਿਗੁਰੂ ਨੇ ਆ ਕੇ ਕਹਿਤਾ ਕਿ ਮੇਰੀ ਫੌਜ ਸ਼ਾਮਲ ਹੋ ਜਾਵੇ, ਹੋ ਜਾਓ ਖਾਲਸਾ ਫੌਜ ਸ਼ਾਮਲ। ਸ਼ੁਕਰ ਹੈ ਵਾਹਿਗੁਰੂ ਜੀ। ਤੇ ਵਾਹਿਗੁਰੂ ਜੀ, ਫਿਰ ਨਾ ਮੈਂ ਥੋੜੀ ਦੇਰ ਬੈਠੀ, ਫਿਰ ਵੀ ਬੈਠੀ ਰਹੀ, ਤੇ ਬੈਠ ਕੇ ਫਿਰ ਮੈਥੋਂ ਨਾ ਬੈਠਿਆ ਗਿਆ, ਘਬਰਾਹਟ ਹੋਣ ਲੱਗ ਗਈ, ਮੈਂ ਉੱਥੇ ਲੇਟ ਗਈ, ਲੇਟ ਕੇ ਤੇ ਫਿਰ ਮੈਂ ਕਿਹਾ ਮੈਂ ਉੱਠਣਾ ਨੀ ਹੈਗਾ, ਚੱਲ ਮੈਂ ਇੱਥੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਪਈ ਪਈ ਕਰਦਾ, ਤੇ ਨਾ ਮੈਂ ਗੱਦੇ ਜੇ ਤੇ ਸਿਰ ਧਰ ਕੇ ਐਂ ਪੈ ਗਈ, ਪੈ ਕੇ ਤੇ ਫਿਰ ਮੇਰੇ ਨਾ ਬਾਹਾਂ 'ਚ ਕਰੰਟ ਜਿਹਾ ਲੱਗਿਆ, ਤੇ ਮੈਂ ਥੋੜ੍ਹਾ ਜਿਹਾ ਬਾਹਰ ਖੁੱਲ੍ਹਾ ਸੀ ਪੈਰ ਨਾਲ, ਬਾਹਰ ਵੀ ਬੰਦ ਕਰਤਾ ਆਪਦਾ। ਥੋੜ੍ਹੀ ਦੇਰ ਬਾਅਦ ਮੇਰਾ ਬੇਟਾ ਆਇਆ, ਕਹਿੰਦਾ ਮੰਮੀ ਕੋਈ ਬਾਹਰ ਆਇਆ, ਬੁਲਾਇਆ ਤੂੰ। ਮੈਂ ਕਿਹਾ ਲੈ ਹੁਣ ਆ ਗਿਆ, ਤੇ ਮੈਂ ਕਿਹਾ ਚੱਲ ਮੈਂ ਤਾਂ ਉੱਠਦੀ ਨਹੀਂ, ਮੈਂ ਤਾਂ ਇੱਥੇ ਪਈ ਰਹੂੰਗੀ। ਮੈਂ ਪਈ ਰਹੀ, ਥੋੜ੍ਹੀ ਦੇਰ ਬਾਅਦ ਫਿਰ ਕਰੰਟ ਲੱਗਿਆ ਬਾਹਾਂ 'ਚ, ਮੇਰੇ ਹੱਥ ਢਿੱਡ ਤੇ ਛਾਤੀ ਸੀ ਤੇ ਉਹ ਮੈਂ ਥੱਲੇ ਕਰ ਲਈ, ਤੇ ਫਿਰ ਕਰੰਟ ਲੱਗਿਆ, ਫਿਰ ਮੈਂ ਪਈ ਰਹੀ। ਮੈਂ ਕਿਹਾ ਚਾਹੇ ਮਰ ਜਾ ਹੁਣ, ਉੱਠਦੀ ਨਹੀਂ ਹੈਗੀ ਇੱਥੋਂ। ਫਿਰ ਮੇਰੇ ਕੋਲ ਕਰਨ 'ਚ ਜਿਵੇਂ ਕੋਈ ਆਹ ਗਰਜਣ ਜੀ ਹੁੰਦੀ ਹੈਗੀ, ਮੀਂਹ ਪੈਂਦਾ ਉਦੋਂ ਇਸ ਤਰ੍ਹਾਂ ਜੀ ਹੋਇਆ, ਤੇ ਫਿਰ ਉਦੋਂ ਬਾਅਦ ਜਿਵੇਂ ਮੈਨੂੰ ਵਾਹਿਗੁਰੂ ਨੇ ਗੋਦ 'ਚ ਮੇਰਾ ਸਿਰ ਧਰ ਰੱਖਿਆ, ਤੇ ਮੇਰਾ ਪਿੱਛੋਂ ਸਿਰ ਜਮਾਂ ਟਰੋਲਦੇ ਹੁੰਦੇ ਨੇ ਜਿਵੇਂ ਮਾਂ ਹੱਥ ਮਾਰਦੀ ਹੁੰਦੀ ਹੈ ਵਾਹਿਗੁਰੂ ਜੀ,
ਸ਼ੁਕਰ ਹੈ ਵਾਹਿਗੁਰੂ, ਬਹੁਤ ਵਧੀਆ ਐਕਸਪੀਰੀਅੰਸ ਆ ਸੁਰਤੀ ਦਾ। ਨਿਰੋਲ ਸੁਰਤੀ ਵਾਹਿਗੁਰੂ, ਨਿਰੋਲ ਸੁਰਤੀ, ਪੂਰੀ ਹੋਸ਼ ਹੀ ਤੁਹਾਨੂੰ, ਜਿਵੇਂ ਬੱਚਾ ਬੁਲਾਉਣ ਵੀ ਆਇਆ, ਸਾਰਾ ਕੁਛ, ਹੋਸ਼ ਵੀ ਪੂਰੀ ਸੀ, ਇਹ ਵੀ ਨੀ ਗਏ ਸੁਪਨਾ ਸੀ ਕੋਈ, ਔਰ ਸੁਰਤੀ ਵੀ ਪਰਫੈਕਟ। ਮਕ ਸੁਰਤੀ ਸੀ, ਮੈਨੂੰ ਨੀਂਦ ਨਹੀਂ ਸੀ, ਕੋਈ ਬੇਹੋਸ਼ੀ ਨਹੀਂ ਸੀ, ਕੁਛ ਵੀ ਨਹੀਂ ਸੀਗਾ ਜਦ ਮੈਂ ਸੁੱਤ ਸੀ। ਤੇ ਵਾਹਿਗੁਰੂ ਜੀ, ਮੈਂ ਬਾਹਰ ਆ ਕੇ ਮੈਂ ਟਾਈਮ ਦੇਖਿਆ ਘੰਟਾ ਹੋਇਆ ਪੂਰਾ, ਤੇ ਮੈਂ ਆਪਦੇ ਬੇਟੇ ਨੂੰ ਪੁੱਛਿਆ, ਮੈਂ ਕਿਹਾ ਕੌਣ ਆਇਆ ਸੀ? ਕੋਮਲ ਤੂੰ ਮੈਨੂੰ ਬੁਲਾਇਆ ਸੀ? ਕਹਿੰਦਾ ਮੰਮੀ ਕੋਈ ਵੀ ਨਹੀਂ ਆਇਆ। ਤੇ ਫਿਰ ਵਾਹਿਗੁਰੂ ਜੀ, ਇਹ ਮਾਇਆ ਸੀ ਕੋਈ? ਮਾਇਆ ਹੀ ਮਾਇਆ ਆਈ, ਜੇ ਉੱਠ ਜਾਂਦੇ ਤੇ ਉੱਠ ਜਾਂਦੇ, ਨਹੀਂ ਉੱਠੇ ਤੇ ਵਾਹਿਗੁਰੂ ਨੇ ਸਿਰ ਤੇ ਅਸੀਸ ਦੇ ਤੇ ਹੱਥ ਫੇਰਤਾ ਸਿਰ ਤੇ, ਸ਼ੁਕਰ ਆ ਵਾਹਿਗੁਰੂ ਦਾ। ਇਹੀ ਤਾਂ ਸਿੱਖਿਆ ਗੁਰੂ ਸਾਹਿਬ ਦੀ, ਜਦੋਂ ਵਾਹਿਗੁਰੂ ਵੱਲ ਜਾਣਾ ਸੁਰਤੀ ਨੂੰ, ਕਿਸੇ ਦੀ ਗੱਲ ਨੀ ਸੁਣੀ, ਦੁਨੀਆਂ ਨੀ ਲੈ ਕੇ ਦਾ।